ਨਵੇਂ ਜਿਸਲੇ ਗੱਡੀ ਰਜਿਸਟਰਡ ਹੋਏਗੀ 1 ਅਗਸਤ ਤੋਂ ਇੱਕ ਆਰਡਰ ਕੱਢਿਆ ਗਿਆ ਚਾਹੇ ਪ੍ਰਾਈਵੇਟ ਗੱਡੀ ਹੈ ਚਾਹੇ ਕਮਰਸ਼ਲ ਗੱਡੀ ਹੈ ਕਮਰਸ਼ਲ ਗੱਡੀ 'ਤੇ 9% ਟੈਕਸ ਲੱਗੇਗਾ ਉਸਦੀ ਕੀਮਤ 'ਤੇ ਔਰ ਪ੍ਰਾਈਵੇਟ ਗੱਡੀ ਜਿਹੜੀ ਹੈ ਕਾਰ ਹੈ ਜਾਂ 1.5 ਲੱਖ ਤੋਂ ਉੱਪਰ ਦਾ ਕੋਈ ਵੀ ਮੋਟਰਸਾਈਕਲ ਹੈ ਜਾਂ ਕੋਈ ਹੈ ਉਹਦੇ 'ਤੇ 10% ਲੱਗੇਗਾ ਜਦਕਿ ਪੂਰੇ ਹਿੰਦੁਸਤਾਨ ਦੇ ਵਿੱਚ ਇਹੋ ਜਿਹਾ ਕੋਈ ਰੋਡ ਟੈਕਸ ਕੋਈ ਟੈਕਸ ਕਿਤੇ ਵੀ ਨਹੀਂ ਹੈ ਸਾਡੀ ਨੇਬਰਿੰਗ ਸਟੇਟ ਜਿਹੜੀਆਂ ਨੇ ਹਿਮਾਚਲ ਪੰਜਾਬ ਹਰਿਆਣਾ ਕਿਤੇ ਵੀ ਕੋਈ ਟੈਕਸ ਨਹੀਂ ਹੈ ਔਰ ਇਹ ਜਿਹੜਾ ਟੈਕਸ ਲਗਾਉਣਾ ਇਸ ਵੇਲੇ ਇਹ ਅਨਬੀਅਰੇਬਲ ਟੈਕਸ ਹੈ ਇਹਨਾਂ ਹਾਲਾਤਾਂ ਦੇ ਵਿੱਚ ਅੱਜ ਸਾਡੀਆਂ ਗੱਡੀਆਂ ਜਿਹੜੀਆਂ ਆਈ ਦੀਆਂ ਜਿਹੜੀਆਂ ਗੱਡੀਆਂ ਨਵੀਆਂ ਬਣ ਕੇ ਆਈਆਂ ਕੋਈ ਵੀ ਰਜਿਸਟਰਡ ਨਹੀਂ ਕਰਾ ਰਿਹਾ ਕਿਉਂ ਕਿ ਇਸ ਵਕਤ 30 ਲੱਖ 35 ਲੱਖ ਦੀ ਗੱਡੀ ਬਣਦੀ ਹੈ ਅਗਰ ਤੁਸੀਂ 9% ਦਾ ਟੈਕਸ ਲਾਓ ਤਾਂ 3 ਲੱਖ ਰੁਪਈਆ ਇਸ ਵਕਤ ਜਿਹੜੀ ਇਹਨਾਂ ਨੇ ਟੈਕਸ ਲਗਾਇਆ 3 ਲੱਖ ਰੁਪਈਆ ਗੱਡੀ ਦਾ ਟੈਕਸ ਭਰਨਾ ਪਏਗਾ ਔਰ ਕੋਈ ਵੀ ਟਰਾਂਸਪੋਰਟਰ ਜਿਹੜਾ ਇਹ ਟੈਕਸ ਨਹੀਂ ਭਰ ਸਕਦਾ ਜਦਕਿ ਹਿੰਦੁਸਤਾਨ ਦੇ ਫਾਈਨੈਂਸ ਮਿਨਿਸਟਰ ਨੇ ਜਿਨ੍ਹਾਂ ਨੇ ਜਿਹੜੀ ਉਹ ਫੀ ਰਜਿਸਟ੍ਰੇਸ਼ਨ ਫੀ ਲਾਗੂ ਕੀਤੀ ਸੀ ਆਪਣੇ ਬਜਟ ਦੇ ਵਿੱਚ ਉਹ ਵੀ ਉਹਨਾਂ ਨੇ ਵਿਦਰਾ ਕਰ ਲਈ ਲੇਕਿਨ ਇੱਥੇ ਮੈਂ ਸਟੇਟ ਗੌਰਮੈਂਟ ਨੂੰ ਕਹਾਂਗਾ ਕਿ ਟੇਲ ਐਂਡ ਸਟੇਟ ਹੈ ਡਿਸਟਰਬ ਸਟੇਟ ਹੈ ਇਹਦੇ 'ਚ ਬਾਰਡਰ ਵੀ ਡਿਸਟਰਬ ਰਹਿੰਦਾ ਔਰ ਇੰਟਰਨਲ ਵੀ ਡਿਸਟਰਬੈਂਸ ਰਹਿੰਦੀ ਹੈ ਔਰ 370 ਦੀ ਵਾਰਗੇਸ਼ਨ ਦੇ